ਕਿਹੜੀ ਸਥਾਨਕ ਮੁੱਲ ਸਾਰਣੀ ਸੰਖਿਆ 5401 ਦਿਖਾ ਰਹੀ ਹੈ? ਸੰਖਿਆ 5401 ਵਿੱਚ ਇਕਾਈ ਦਾ ਅੰਕ 1, ਦਹਾਈ ਦਾ ਅੰਕ 0, ਸੈਂਕੜੇ ਦਾ ਅੰਕ 4 ਅਤੇ ਹਜ਼ਾਰ ਦਾ ਅੰਕ 5 ਹੈ। ਇਸ ਲਈ ਆਪਸ਼ਨ 3 ਵਿੱਚ ਦਿਖਾਈ ਸਾਰਣੀ ਸੰਖਿਆ 5401 ਨੂੰ ਦਿਖਾ ਰਹੀ ਹੈ ਅਤੇ ਆਪਸ਼ਨ 3 ਇਸ ਸਵਾਲ ਦਾ ਸਹੀ ਜਵਾਬ ਹੈ। ਸੰਖਿਆ 5402 ਵਿੱਚ ਦਹਾਈ ਦੇ ਸਥਾਨ ਦਾ ਅੰਕ ਦੱਸੋ। ਸੰਖਿਆ 5402 ਵਿੱਚ ਦਹਾਈ ਦੇ ਸਥਾਨ ਦਾ ਅੰਕ 0 ਹੈ। ਇਸ ਲਈ ਆਪਸ਼ਨ 4 ਇਸ ਸਵਾਲ ਦਾ ਸਹੀ ਜਵਾਬ ਹੈ। ਕਿੰਨੇ ਬੱਦਲਾਂ ਵਿੱਚ 8 ਦਾ ਸਥਾਨਕ ਮੁੱਲ 800 ਹੈ? ਜਿਸ ਸੰਖਿਆ ਵਿੱਚ 8 ਸੈਂਕੜੇ ਦੇ ਸਥਾਨ 'ਤੇ ਹੋਵੇਗਾ ਉਸ ਸੰਖਿਆ ਵਿੱਚ 8 ਦਾ ਸਥਾਨਕ ਮੁੱਲ 800 ਹੋਵੇਗਾ। ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਵਿੱਚ 1840, 821, 9821, 4871, 878, 1821 ਵਿੱਚ 8 ਦਾ ਅੰਕ ਸੈਂਕੜੇ ਦੇ ਸਥਾਨ 'ਤੇ ਹੈ। ਇਸ ਲਈ ਇਹਨਾਂ 6 ਸੰਖਿਆਵਾਂ ਵਿੱਚ 8 ਦਾ ਸਥਾਨਕ ਮੁੱਲ 800 ਹੈ ਅਤੇ ਆਪਸ਼ਨ 3 ਇਸ ਸਵਾਲ ਦਾ ਸਹੀ ਜਵਾਬ ਹੈ। ਸਤਵੰਜਾ ਦਹਾਈਆਂ ਅਤੇ 17 ਇਕਾਈਆਂ ਨਾਲ ਕਿਹੜੀ ਸੰਖਿਆ ਬਣੇਗੀ? 57 ਦਹਾਈਆਂ ਵਿੱਚ 570 ਇਕਾਈਆਂ ਹੁੰਦੀਆਂ ਹਨ। 570 ਇਕਾਈਆਂ ਅਤੇ 17 ਇਕਾਈਆਂ ਤੋਂ ਮਿਲ ਕੇ ਸੰਖਿਆ 587 ਬਣਦੀ ਹੈ। ਇਸ ਲਈ ਆਪਸ਼ਨ 4 ਇਸ ਸਵਾਲ ਦਾ ਸਹੀ ਜਵਾਬ ਹੈ।